ਖਬਰਲੈਨ ਹੈ ਤਰਨ ਤਾਰਨ ਤੋਂ, ਜਿੱਥੇ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਮੁਰਾਦਪੁਰ ਤੋਂ ਕੇਵਲ ਕਪੂਰ 150 ਤੋਂ ਵੱਧ ਪਰਿਵਾਰਾਂ ਦੇ ਨਾਲ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਵਿੱਚ ਸ਼ਾਮਲ ਹੋਣ ਵੇਲੇ ਸੈਂਕੜੇ ਸਾਥੀਆਂ ਨੂੰ ਵਿਧਾਇਕ ਸੋਹਲ ਨੇ ਜੀ ਆਇਆਂ ਕਿਹਾ ਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਮਾਣ ਸਨਮਾਨ ਪੂਰਾ ਦਿੱਤਾ ਜਾਵੇਗਾ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਕੇਵਲ ਕਪੂਰ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਨਾਲ ਤਰਨ ਤਾਰਨ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਲ ਮਿਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੇ ਹਰ ਰੋਜ਼ ਲਏ ਜਾ ਰਹੇ ਲੋਕ ਹਿੱਤੀ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਭਰ ਵਿੱਚ ਲੋਕ ਧੜਾ ਧੜਾ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਮੁਫ਼ਤ ਬਿਜਲੀ, ਭ੍ਰਿਸ਼ਟਾਚਾਰ ਮੁਕਤ, ਘਰ ਘਰ ਰੁਜ਼ਗਾਰ ਦੇਣਾ ਤੇ ਇਸ ਤੋਂ ਇਲਾਵਾ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ 1000 ਦੇਣ ਦਾ ਵਾਅਦਾ ਵੀ ਜਲਦ ਪੂਰਾ ਕੀਤਾ ਜਾਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਕਪੂਰ ਨੇ ਕਿਹਾ ਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਕੰਮਾਂ ਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਉਹਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਉਹਨਾਂ ਇਹ ਵੀ ਕਿਹਾ ਕਿ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ 1.5 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਵਿੱਚੋਂ ਗੁੰਡਾਗਰਦੀ, ਰਿਸ਼ਵਤਖੋਰੀ ਅਤੇ ਨਸ਼ਾ ਤਸਕਰੀ ਨੂੰ ਨੱਤ ਪਈ ਹੈ। ਕੇਵਲ ਕਪੂਰ ਨੇ ਦੱਸਿਆ ਕਿ ਪਹਿਲੀਆਂ ਸਿਆਸੀ ਪਾਰਟੀਆਂ ਨੇ ਮੁਰਾਦਪੁਰ ਵਿੱਚ ਸਿਰਫ ਤੇ ਸਿਰਫ ਸਿਆਸਤ ਕਰਕੇ ਲੋਕਾਂ ਵਿੱਚ ਆਪਸੀ ਭੇਦਭਾਵ ਹੀ ਵਧਾਇਆ, ਪਰ ਵਿਧਾਇਕ ਡਾਕਟਰ ਸੋਹਲ ਨੇ ਲੋਕਾਂ ਦੇ ਆਪਸੀ ਮਤਭੇਦ ਭਾਵ ਖਤਮ ਕਰਕੇ ਹਲਕੇ ਵਿੱਚ ਨਵਾਂ ਇਤਿਹਾਸ ਸਿਰਜਿਆ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਵਿਧਾਇਕ ਸੋਹਲ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਕੰਮ ਕਰਨਗੇ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਆਓ ਮਾਰਦੇ ਹਾਂ ਪੂਰੀ ਖਬਰ ਤੇ ਨਜ਼ਰ। ਉਦਮ ਦੇ ਸਦਕਾ ਇੱਥੇ ਮੀਟਿੰਗ ਕੀਤੀ ਗਈ ਆ, ਲੋਕਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਆ ਉਹਨਾਂ ਬਾਰੇ ਦੱਸਿਆ ਵਾ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਵਾ। ਸੋ ਉਹ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਜੋ ਹਲਕੇ ਦੇ ਵਿੱਚ, ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਕੰਮ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਲਗਭਗ 150 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ, ਮੈਂ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਅਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਪਾਰਟੀ 'ਚ ਉਹਨਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ। ਜੋ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਕਰ ਰਹੀ ਆ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੋਣਾ। ਸੋ ਇਸ ਕਰਕੇ ਜਿੰਨਾ ਸਾਨੂੰ ਸਹਿਯੋਗ ਮਿਲੇਗਾ ਓਨਾ ਹੀ ਅਸਾਂ ਨੂੰ ਵੱਧ ਹੌਸਲਾ ਹੋਵੇਗਾ ਕਿ ਅਸੀਂ ਵੱਧ ਕੰਮ ਕਰਾਂਗੇ। ਸੋ ਅੱਜ ਜਿਹੜੇ ਵੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਆ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਆਹ ਰਲ ਮਿਲ ਕੇ ਆਪਾਂ ਜਿਹੜਾ ਵਾ ਉਹ ਵਿਕਾਸ ਦੀਆਂ ਜਿਹੜੀਆਂ ਪੌੜੀਆਂ ਉਹਨੂੰ ਹੋਰ ਚੜ੍ਹਦੇ ਹੋਏ ਤਰਨ ਤਾਰਨ ਸ਼ਹਿਰ ਨੂੰ ਸੁੰਦਰ ਬਣਾਈਏ, ਹਲਕੇ ਨੂੰ ਸੁੰਦਰ ਬਣਾਈਏ ਅਤੇ ਪੰਜਾਬ ਦੀ ਨੁਹਾਰ ਬਦਲੀਏ ਤਾਂ ਕਿ ਜੋ ਭਗਵੰਤ ਮਾਨ ਸਰਕਾਰ ਦਾ ਸੁਪਨਾ ਵਾ, ਜੋ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਉਹ ਨੀਤੀਆਂ ਨੇ ਉਹਦੇ 'ਤੇ ਪਹਿਰਾ ਦਿੰਦਾ ਹੋਏ ਅਸੀਂ ਪੰਜਾਬ ਨੂੰ ਜਿਹੜਾ ਹੋਰ ਰੰਗਲਾ ਪੰਜਾਬ ਬਣਾਈਏ। ਆਮ ਆਦਮੀ ਪਾਰਟੀ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ। ਇਹਦੇ ਵਿੱਚ ਵੇਖੋ ਜੀ, ਜਿਹੜਾ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਮੈਂ ਆਉਂਦਾ ਰਿਹਾ ਵਾਂ ਬਾਜ਼ਾਰਾਂ ਦੇ ਵਿੱਚ, ਗਲੀਆਂ ਦੇ ਵਿੱਚ ਗੋਡੇ ਗੋਡੇ ਪਾਣੀ ਖੜਾ ਹੁੰਦਾ ਸੀ, ਲੋਕਾਂ ਦੇ ਲੰਘਣ ਦੀ ਮੁਸ਼ਕਲ ਸੀ। ਸੋ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਵੀ ਜਦੋਂ ਸਰਕਾਰ ਆਉਂਦੀ ਆ ਅਸੀਂ ਯਤਨ ਕਰਕੇ ਅਤੇ ਤੁਹਾਡੀ ਸਮੱਸਿਆ ਜਿਹੜੀ ਇਹਦੇ ਤੋਂ ਤੁਹਾਨੂੰ ਨਿਜਾਤ ਦਵਾਵਾਂਗੇ। ਸੋ ਉਦੋਂ ਦੇ ਹੀ ਲੱਗੇ ਹਾਂ ਸੀਵਰ ਦੀ ਸਮੱਸਿਆ ਨੂੰ ਹੱਲ ਕਰਨ। ਸੋ ਸੀਵਰੇਜ ਸਿਸਟਮ ਜਿਹੜਾ ਇੰਨਾ ਇੱਥੇ ਖਰਾਬ ਸੀ ਕਿ ਪਾਰਟੀਬਾਜ਼ੀ ਦੇ ਕਾਰਨ ਪਹਿਲਾਂ ਲੋਕਾਂ ਨੇ ਵਿੱਚ ਜੀ ਪੱਥਰ ਸੁੱਟੇ ਆ, ਬੋਰੀਆਂ ਨਾਲ ਜਿਹੜੇ ਪਾਈਪ ਬੰਦ ਕੀਤੇ ਆ, ਵਿੱਚ ਫੱਟੇ ਸੁੱਟੇ ਆ, ਉਹ ਇੱਕ ਥਾਂ ਸਾਫ਼ ਕਰੀਦਾ, ਦੂਜੇ ਥਾਂ ਇਹ ਪ੍ਰੋਬਲਮ ਸੀ। ਸੋ ਬੜਾ ਤੇਜ਼ ਚੱਲਦਾ ਰਿਹਾ। ਹੁਣ ਅਸੀਂ ਸੁਪਰ ਸਕਰ ਮਸ਼ੀਨ ਲਗਾ ਕੇ ਜਿਹੜਾ ਵਾ ਮੁਰਾਦਪੁਰੇ ਦਾ ਸੀਵਰ ਸਾਫ਼ ਕਰਾ ਰਹੇ ਹਾਂ, ਹੋਰ ਵੀ ਅਸੀਂ ਟੈਂਡਰ ਲਗਾ ਰਹੇ ਹਾਂ, ਜਲਦੀ ਸਾਰੇ ਸ਼ਹਿਰ ਦਾ ਜਿਹੜਾ ਸੀਵਰ ਆ ਉਹ ਸਾਫ਼ ਕਰਾਂਗੇ ਅਤੇ ਫਿਰ ਜਿਹੜੀ ਹੈ ਪਾਣੀ ਦੀ ਜਿਹੜੀ ਸੀਵਰ ਦੀ ਸਮੱਸਿਆ ਵਾ ਉਹ ਹੱਲ ਹੋਏਗੀ, ਕਿਉਂਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੇ ਕਦੀ ਇਹ ਸੋਚਿਆ ਹੀ ਨਹੀਂ ਵੀ ਇਹਨੂੰ ਸਾਫ਼ ਕਰਨ ਦੀ ਵੀ ਲੋੜ ਆ। ਗਾਰ ਇੰਨੀ ਜੰਮੀ ਆ ਵਿੱਚ, ਟ੍ਰੀਟਮੈਂਟ ਪਲਾਂਟ ਉਹ ਨਹੀਂ ਚਲਾ ਪਾਏ, ਇੰਨੇ ਕਰੋੜਾਂ ਦਾ ਖਰਚਾ ਕਰਕੇ ਸਰਕਾਰ ਨੇ ਟ੍ਰੀਟਮੈਂਟ ਪਲਾਂਟ ਲਾਏ ਅਤੇ ਪਹਿਲੀਆਂ ਜਿਹੜੀਆਂ ਸੀ ਉਹ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੀ ਕਮੇਟੀਆਂ ਕੋਲ, ਉਹਨਾਂ ਨੇ ਹੋਰ ਹੀ ਪਾਸੇ ਵੱਲ ਧਿਆਨ ਕੀਤਾ, ਪਰ ਉਹਨਾਂ ਨੇ ਲੋਕਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ ਦਿੱਤਾ।
ਆਪਣੀਆਂ ਜਿਹੜੀਆਂ ਤਜੋਰੀਆਂ ਭਰੀਆਂ ਸੀ ਆਪਣੇ ਕੁੜਮੇ ਪਾਲੇ। ਸੋ ਅੱਜ ਜਿਹੜਾ ਸਾਨੂੰ ਉਹ ਜੋ ਉਹਨਾਂ ਸਾਨੂੰ ਵਿਰਸੇ 'ਚ ਦਿੱਤਾ ਵਾ ਉਹ ਅਸੀਂ ਜਿਹੜਾ ਵਾ ਬਾਖੂਬੀ ਉਹਨੂੰ ਸਹਿਜੇ ਸਹਿਜੇ ਠੀਕ ਕਰ ਰਹੇ ਹਾਂ। ਅਤੇ ਜਿਹੜਾ ਸੀਵਰ ਦੀ ਸਮੱਸਿਆ ਵੀ ਬਹੁਤ ਹੱਦ ਤੱਕ ਹੱਲ ਹੋ ਗਈ ਆ, ਕੁਛ ਗਲੀਆਂ ਜਿਹੜੀਆਂ ਦੋ ਤਿੰਨ ਹੁਣ ਉੱਥੇ ਰਹਿ ਗਈ ਆ, ਬਾਕੀ ਮੇਨ ਬਾਜ਼ਾਰ ਜਿਹੜੇ ਆ ਬਹੁਤ ਵਧੀਆ ਸਫਾਈ ਹੋ ਗਈ ਆ। ਅੱਗੋਂ ਵੀ ਅਸੀਂ ਜਿਹੜਾ ਮੁੱਢ ਆ ਉਹਦਾ ਸਾਰਾ ਉਹ ਸੁਪਰ ਸਕਰ ਮਸ਼ੀਨ ਨਾਲ ਸਾਫ਼ ਕਰਾਵਾਂਗੇ, ਕਿਉਂਕਿ ਜਿਹੜੇ ਵੱਡੇ ਵੱਡੇ ਪਾਈਪ ਵੀ ਨੇ ਉਹ ਵੀ ਸਾਰੇ ਗਾਰ ਜੰਮੀ ਪਈ ਆ ਵਿੱਚ, ਜਦੋਂ ਉਹ ਸੁਪਰ ਸਕਰ ਮਸ਼ੀਨ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਜਿਹੜੇ ਸਾਫ਼ ਹੋ ਰਹੇ ਨੇ। ਥੋੜ੍ਹਾ ਥੋੜ੍ਹੀ ਜਗ੍ਹਾ ਪਾਣੀ ਜਾਂਦਾ ਵਾ, ਉਹ ਜਦੋਂ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਵਾ ਅਤੇ ਉਹ ਪਿੱਛੋਂ ਜਿਹੜਾ ਉਹ ਹੌਦੀਆਂ ਦੇ ਰਾਹੀਂ ਉੱਪਰ ਨੂੰ ਲੀਕ ਕਰਨਾ ਸ਼ੁਰੂ ਹੋ ਜਾਂਦਾ। ਸੋ ਜਿੰਨਾ ਚਿਰ ਤੱਕ ਇਹ ਸਾਰਾ ਜਿਹੜਾ ਸਾਫ਼ ਨਹੀਂ ਹੁੰਦਾ ਉਨਾ ਚਿਰ ਥੋੜ੍ਹੀ ਜਿਹੀ ਸਾਨੂੰ ਲੋਕਾਂ ਨੂੰ ਅਪੀਲ ਆ ਕਿ ਸਹਿਯੋਗ ਦਿਓ ਇਸ ਕੰਮ ਦੇ ਵਿੱਚ, ਜੇ ਇੰਨਾ ਚਿਰ ਤੁਸੀਂ ਜਿਹੜੀ ਆ ਮੁਸ਼ਕਲ ਝੱਲੀ ਆ ਅਤੇ ਅਸੀਂ ਹੋਰ ਥੋੜ੍ਹਾ ਜਿਹਾ ਸਾਨੂੰ ਦੋ ਤਿੰਨ ਮਹੀਨੇ ਦੇ ਵਿੱਚ ਅਸੀਂ ਬਿਲਕੁਲ ਸਾਰੇ ਸ਼ਹਿਰ ਦਾ ਸੀਵਰ ਸਾਫ਼ ਕਰਾ ਕੇ ਅਤੇ ਬਿਲਕੁਲ ਇਹ ਲੋਕਾਂ ਨੂੰ ਮੁਸ਼ਕਲ ਤੋਂ ਨਿਜਾਤ ਦੇਵਾਂਗੇ। ਉਸ ਤੋਂ ਬਾਅਦ ਜੋ ਜੋ ਗਲੀਆਂ ਬਣਨ ਵਾਲੀਆਂ ਉਹ ਵੀ ਅਸੀਂ ਨੋਟ ਕੀਤੀਆਂ ਨੇ, ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਆ, ਗਲੀਆਂ ਬਣਾਵਾਂਗੇ, ਲਾਈਟਾਂ ਜਿਹੜੀਆਂ ਕਾਫ਼ੀ ਲੱਗੀਆਂ ਨੇ 15-20 ਦਿਨਾਂ 'ਚ ਹੋਰ ਅਸੀਂ ਲਾਈਟਾਂ ਲਗਾ ਕੇ ਅਤੇ ਸਾਰੇ ਮੁਰਾਦਪੁਰੇ ਨੂੰ ਕੀ ਸਾਰੇ ਸ਼ਹਿਰ ਨੂੰ ਅਸੀਂ ਜਿਹੜਾ ਜਗਮਗ ਕਰਦੇ ਹਾਂ। ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।